2024 ਦਾ ਫਾਰਮ ਫਿਲ ਕਰਨ ਵੇਲੇ ਇੱਕ ਅੜਚਨ ਆ ਰਹੀ ਹੈ ਜਿਹੜੇ ਵਿਦਿਆਰਥੀ ਖੁਦ ਫਿਲ ਕਰ ਰਹੇ ਨੇ ਫੋਟੋ ਤੇ ਸਿਗਨੇਚਰ ਅਪਲੋਡ ਕਰਨੇ ਨੇ ਤੇ ਫੋਟੋ ਤੇ ਸਿਗਨੇਚਰ ਦਾ ਸਾਈਜ਼ 5 ਤੋਂ 50 KB ਦੇ ਵਿੱਚ ਹੋਣਾ ਚਾਹੀਦਾ ਹੈ JPG JPEG PNG ਇਸ ਫਾਰਮੈਟ 'ਚ ਹੋ ਸਕਦੀ ਹੈ ਸੋ ਫਾਈਲ ਤੁਸੀਂ ਕਿਸ ਤਰ੍ਹਾਂ ਇਹਨੂੰ ਰੀਸਾਈਜ਼ ਕਰਨਾ ਹੈ ਸਾਈਜ਼ ਵਧਾਉਣਾ ਜਾਂ ਘਟਾਉਣਾ ਕਿਸ ਤਰ੍ਹਾਂ ਹੈ ਜੋ 5 ਤੋਂ 50 ਦੇ ਵਿਚਕਾਰ ਆ ਜਾਵੇ ਤੁਸੀਂ ਸਿੰਪਲ ਗੂਗਲ 'ਤੇ ਸਿਰਫ ਇਹ ਭਰਨਾ ਹੈ ਰੀਸਾਈਜ਼ ਇਮੇਜ ਅਤੇ ਮੈਂ ਨੋਰਮਲੀ ਇਹ ਯੂਜ਼ ਕਰਦਾ ਹਾਂ ਸੈਕਿੰਡ ਵਾਲਾ ਤੁਸੀਂ ਹੋਰ ਵੀ ਕੋਈ ਯੂਜ਼ ਕਰ ਸਕਦੇ ਹੋ ਆਈ ਲਵ ਇਮੇਜ ਵਾਲਾ ਵੀ ਯੂਜ਼ ਕਰ ਸਕਦੇ ਹੋ ਇਹ ਹੈ ਰਿਡਿਊਸ ਇਮੇਜ ਰੀਸਾਈਜ਼ ਇਮੇਜ ਔਨਲਾਈਨ ਇਸ ਨੂੰ ਮੈਂ ਕਲਿੱਕ ਕੀਤਾ ਔਰ ਔਨਲਾਈਨ ਜੋ ਹੈ ਇਸ ਨੂੰ ਰਿਡਿਊਸ ਕਰਨ ਲਈ ਇਹ ਸਿਲੈਕਟ ਇਮੇਜ ਇਮੇਜ ਮੇਰੇ ਕੋਲ ਪਈਆਂ ਹਨ ਜਿਹੜੀ ਇਮੇਜ ਹੈ ਆਲਰੇਡੀ ਇਸ ਦਾ ਸਾਈਜ਼ ਵੱਡਾ ਹੈ ਔਰ ਇਸ ਨੂੰ ਮੈਂ ਓਪਨ ਕਰ ਲਿਆ ਓਪਨ ਕਰਨ ਤੋਂ ਬਾਅਦ ਇਹ ਇਮੇਜ ਇੱਥੇ ਆ ਗਈ ਹੈ ਨਾ ਔਰ ਇਸ ਤੋਂ ਬਾਅਦ ਇਸ ਨੂੰ ਨਵਾਂ ਸਾਈਜ਼ ਜਿਹੜਾ ਹੈ ਉਹ ਕਿਹੜਾ ਰੱਖਣਾ ਹੈ ਫਾਰਮੈਟ ਕਿਹੜਾ ਰੱਖਣਾ ਹੈ ਇੱਥੇ ਪਰਸੈਂਟੇਜ ਦਿੱਤੀ ਹੈ 70% ਮੈਂ ਇਸ ਨੂੰ ਘਟਾ ਕੇ ਕਰ ਲਿਆ ਹੈ ਫੋਰ ਐਗਜ਼ਾਮਪਲ ਮੈਂ ਇਸ ਨੂੰ 30% 'ਤੇ ਕੀਤਾ ਅਤੇ 30% 'ਤੇ ਭਰਨ ਤੋਂ ਬਾਅਦ ਦੇਖਦੇ ਹਾਂ ਕਿ ਇਹ ਰੀਸਾਈਜ਼ ਕਿੰਨੀ ਹੁੰਦੀ ਹੈ ਰੀਸਾਈਜ਼ ਕਲਿੱਕ ਕਰ ਦਿੱਤਾ ਇੱਥੇ ਆ ਗਿਆ 2.53 KB ਇਹ 5 ਤੋਂ ਘੱਟ ਹੋ ਗਈ ਹੈ ਇਟ ਮੀਨਸ ਇਹ ਵੀ ਕੰਮ ਨਹੀਂ ਆਏਗੀ ਦੈਟ ਇਜ਼ ਵਾਈ ਮੈਨੂੰ ਦੁਬਾਰਾ ਰੀਸਾਈਜ਼ ਕਰਨੀ ਪਏਗੀ ਇੱਥੇ 30 ਦੀ ਜਗ੍ਹਾ 'ਤੇ ਆਪਾਂ ਕਰ ਦਿੰਦੇ ਹਾਂ 60 ਹੈ ਨਾ ਸੋ 60 ਨੂੰ ਫਿਰ ਰੀਸਾਈਜ਼ ਇਮੇਜ 'ਤੇ ਕਲਿੱਕ ਕੀਤਾ ਔਰ ਇਹ ਇਮੇਜ ਬਣ ਕੇ ਆ ਗਈ ਹੈ 5.68 KB ਸੋ ਸਾਨੂੰ ਕਿੰਨੀ ਚਾਹੀਦੀ ਸੀ ਸਾਨੂੰ ਚਾਹੀਦੀ ਸੀ 5 ਤੋਂ 50 KB ਦੇ ਵਿਚਕਾਰ ਇਹ ਵਿਚਕਾਰ ਆ ਗਈ ਹੈ ਸੋ ਇਸ ਨੂੰ ਇਮੇਜ ਨੂੰ ਅਸੀਂ ਇਹਨੂੰ ਰੱਬ ਕਰਦਾ ਇਸ ਨੂੰ ਡਾਊਨਲੋਡ ਕਰ ਲਾਂਗੇ ਡਾਊਨਲੋਡ ਤੁਸੀਂ ਜਿੱਥੇ ਕਰ ਲਿਆ ਹੈ ਤੁਹਾਡੇ ਜੋ ਵੀ ਮਸ਼ੀਨ ਤੁਹਾਡੇ ਕੋਲ ਹੈ ਉਸ 'ਤੇ ਡਾਊਨਲੋਡ ਹੋ ਗਈ ਡਾਊਨਲੋਡ ਹੋਣ ਤੋਂ ਬਾਅਦ ਤੁਸੀਂ ਫਿਰ ਆਪਣੀ ਉਸ ਆਪਸ਼ਨ 'ਤੇ ਜਾਣਾ ਹੈ ਜਿੱਥੇ ਤੁਸੀਂ ਇਸ ਨੂੰ ਅਪਲੋਡ ਕਰਨਾ ਹੈ ਉੱਥੇ ਆਏਗਾ ਚੂਜ਼ ਫਾਈਲ ਇਸ ਨੂੰ ਕਲਿੱਕ ਕਰਦੇ ਹੋ ਅਤੇ ਜਿੱਥੇ ਤੁਹਾਡੀ ਫਾਈਲ ਪਈ ਹੈ ਉੱਥੋਂ ਉਸ ਨੂੰ ਕਲਿੱਕ ਕਰਕੇ ਉਸ ਨੂੰ ਓਪਨ ਕਰ ਦੇਣਾ ਹੈ ਅਤੇ ਜਿਹੜੀ ਹੈ ਇਮੇਜ ਇੱਥੇ ਆ ਜਾਏਗੀ ਇਸੇ ਤਰ੍ਹਾਂ ਸਿਗਨੇਚਰ ਤੁਸੀਂ ਸਿਗਨੇਚਰ ਸਾਈਨ ਕਰ ਲੈਣੇ ਨੇ ਇੱਥੇ ਮੈਂ ਸਿਗਨੇਚਰ ਵੀ ਦਿਖਾ ਦੇਵਾਂ ਫੋਰ ਐਗਜ਼ਾਮਪਲ ਮੈਂ ਇਸ ਨੂੰ ਸਿਲੈਕਟ ਇਮੇਜ ਹੈ ਨਾ ਇੱਥੇ ਸਾਈਨ ਕਰਕੇ ਰੱਖੇ ਹੋਏ ਨੇ ਇਸ ਸਾਈਨ ਨੂੰ ਸਿਲੈਕਟ ਕੀਤਾ ਓਪਨ ਕੀਤਾ ਉਸੇ ਤਰ੍ਹਾਂ ਰੀਸਾਈਜ਼ ਕਰਕੇ ਤੁਸੀਂ ਫਿਰ ਆਪਣੇ ਫੋਰਮ 'ਤੇ ਅਪਲੋਡ ਕਰ ਦੇਣਾ ਹੈ ਸਿੰਪਲ ਹੈ ਸੋ ਘਬਰਾਉਣਾ ਨਹੀਂ ਹੈ ਲਰਨ ਕਰਨਾ ਹੈ ਲਰਨ ਕਰਕੇ ਤੁਸੀਂ ਡਿਵੈਲਪ ਹੋਵੋਗੇ ਅਦਰਵਾਈਜ਼ ਡਿਪੈਂਡੈਂਟ ਹੀ ਬਣੇ ਰਹਿ ਜਾਓਗੇ ਥੈਂਕ ਯੂ ਡਾਕਟਰ ਤੀਰਥ ਸਿੰਘ ਲਰਨ ਟੂ ਐਕਚੁਲਾਈਜ਼